हाँ जी कितना जी ठंड देखो कितनी ज्यादा है टेंपरेचर -11-12 ਮੈਂ ਵੀ ਨਾ ਤਾਂ ਐਕਸਰੇ ਬੰਦ ਕੀਤਾ ਆ ਕਹਿੰਦੇ ਅੱਜ ਨਵੇਂ ਸਾਲ ਦੇ ਸਾਰੇ ਮਜ਼ੇ ਲਓ ਜਾ ਅੰਦਰ ਹੈਡ ਰੋ ਆਉਟ ਉਸੇ ਚੱਕਰ ਨਾ ਇੱਕ ਚੱਕ ਲਾਈਟ ਆ ਰਹੀ ਹੈ ਕਿ ਆ ਹਣ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਵੈਲਕਮ ਬੈਕ ਆਪਾਂ ਆ ਚੁੱਕੇ ਆ ਵਾਪਸ ਆਪਣੇ ਕਮਾ ਕਾਰਾਂ ਦੇ ਤੇ ਟਰੱਕ ਆਪਾਂ ਕਰੀਏ ਸਟਾਰਟ ਇਹਨੂੰ ਦੇਖੀਏ ਉਦਣ ਤਾਂ ਹੋਇਆ ਨਹੀਂ ਜਿੱਦਣ ਨਾ ਵਿੱਚ ਹਾਂ ਹੋ ਗਿਆ ਉਦਣ ਕੀ ਹੋਇਆ ਉਦਣ ਨੇ ਨਾ ਸਾਰੇ ਅੰਦਰ ਵਾਲੀ ਲਾਈਟ ਜਗਦੀ ਰਹਿਣ ਦੀ ਮੇਰੀ ਕੈਬਿਨ ਦੀ ਤੇ ਟਰੱਕ ਨਹੀਂ ਹੋਇਆ ਆਪਣਾ ਸਟਾਰਟ ਉਸ ਚੱਕਰ 'ਚ ਚੱਕਰ ਪੈ ਗਿਆ ਜਲੇਬੀਆਂ ਦੇਖੋ ਇਹਨਾਂ ਨੇ ਕੱਢੀਆਂ ਆ ਸੀਗੀਆਂ ਜਲੇਬੀਆਂ ਵਧੀਆ ਨਹੀਂ ਪਾਈਆਂ ਅੱਗੇ ਨੇ ਐਨ ਪ੍ਰੋਪਰ 50 ਮੀਲ ਭਰਿਆ ਹੁੰਦਾ ਸੀਗਾ ਐਤਕੀ ਤਾਂ ਮਾੜੀਆਂ ਮਾੜੀਆਂ ਹੀ ਲਾਈਆਂ ਆ ਚੱਲ ਕੋਈ ਨਹੀਂ ਅਤੇ ਉਹ ਹੁਣ ਆਪਾਂ ਚੱਲੀਏ ਜਾਣਾ ਅੱਜ ਹੈਗਾ ਕਲਰਾਡੋ ਅਤੇ ਹੁਣ ਟਰੱਕ ਆਪਾਂ ਕਰੀਏ ਗਰਮ ਹੁੰਦਾ ਚਾਹੇ ਰੱਖੀ ਸਮਾਨ ਨੇਹਾ ਮੈਨੂੰ ਛੱਡ ਕੇ ਅੱਜ ਹੈਗੀ ਇੱਥੇ ਠੰਡ ਬਹੁਤ ਓਹੋ ਕੰਬਲ ਕੁੰਬਲ ਵੀ ਲੈ ਕੇ ਆਉਂਦਾ ਹੈ ਵਿਛਾਈਏ ਅਤੇ ਖਲਾਰਾ ਸਾਂਭੀਏ ਓ ਮਾਈ ਗੋਡ ਚਲੋ ਫਿਰ ਤੁਹਾਨੂੰ ਦੱਸਿਆ ਸੀਗਾ ਆਪਾਂ ਐਤਕੀ ਹੈ ਨਾ ਉੱਥੋਂ ਐਮ ਬੀ ਆਈ ਕਰਾਈ ਉਹ ਤੁਹਾਡੀ ਨੂੰ ਉੱਤੇ ਚੜ ਗਿਆ ਅਤੇ ਟਰੱਕ ਦੀ ਐਮ ਬੀ ਆਈ ਆਪਾਂ ਉੱਥੋਂ ਕਰਵਾਈ ਸੀਗੀ ਸਾਰੇ ਪਤੰਦਰ ਆਹ ਵਾਲੀਆਂ ਲਾਈਟਾਂ ਜਾਗਦੀਆਂ ਛੱਡ ਗਏ ਸੀਗੇ ਇਹਨਾਂ ਸਾਰੀ ਬੈਟਰੀ ਚੂਸ ਲਈ ਹੈ ਨਾ ਅਤੇ ਉਹ ਮੁੰਡਾ ਆਇਆ ਕਹਿੰਦਾ ਬਾਈ ਤੇਰੇ ਟਰੱਕ ਨੂੰ ਹੈ ਨਾ ਕੁਛ ਐਕਸਟਰਾ ਲੱਗੇ ਆ ਮਤਲਬ ਐਕਸਟਰਾ ਸਮਾਨ ਲੱਗਾ ਤਾਂ ਕਰਕੇ ਹੋਰਨ ਲੱਗੇ ਆ ਨਾ ਉਦੋਂ ਉਹ ਮੈਂ ਕਿਹਾ ਹੋਰਨ ਤਾਂ ਸਾਡੇ ਚੱਲਦੇ ਹੀ ਨਹੀਂ ਉਹਦੇ ਨਾਲ ਹੋਰਨ ਅਸੀਂ ਡਾਇਰੈਕਟ ਕੀਤੇ ਹੀ ਨਹੀਂ ਆ ਹੋਰਨ ਸਾਡੇ ਦੂਜੇ ਆ ਨਾ ਉਹ ਵਾਇਰ ਵੀ ਉਹਨੂੰ ਲੱਗੀ ਸੀਗੀ ਨੈਗੇਟਿਵ ਨੂੰ ਨਾ ਕਿ ਪੋਜ਼ਿਟਿਵ ਨੂੰ ਲੱਗੀ ਸੀਗੀ ਮੈਨੂੰ ਉਹੀ ਕਹੀ ਆ ਮੈਂ ਕਿਹਾ ਬਾਈ ਅਸੀਂ ਮੈਂ ਕਿਹਾ ਲਾਏ ਆ ਪਰ ਉਹਨਾਂ ਲਾਏ ਆ ਸਵਿੱਚ 'ਤੇ ਆ ਜੇ ਸਵਿੱਚ ਚੱਲਦਾ ਉਦੋਂ ਚੱਲਦੇ ਉੱਦਾਂ ਨਹੀਂ ਚੱਲਦਾ ਹੈ ਨਾ ਮੈਂ ਕਹਿੰਦੀ ਕੱਲ੍ਹ ਸਵਿੱਚ ਨਹੀਂ ਬੰਦ ਕੀਤਾ ਤਾਂ ਕਰਕੇ ਹੋਇਆ ਹੈ ਨਾ ਐਵੇਂ ਮੈਨੂੰ ਪੈਨਸੀ ਮੈਂ ਕਿਹਾ ਚੱਲ ਕੋਈ ਨਹੀਂ ਬਾਈ ਸਟਾਰਟ ਕਰਵਾ ਦੇ ਅਤੇ ਬਾਕੀ ਕੋਈ ਗੱਲ ਨਹੀਂ ਅਸੀਂ ਸਾਰ ਲਵਾ ਗਿਆ ਕੀ ਆ ਹੁਣ ਅੱਛਾ ਪੁਰਾਣੇ ਹਿਸਾਬ ਕਿਤਾਬ ਆ ਇਹਨੂੰ ਦੇਖਣੇ ਅਤੇ ਹੁਣ ਆਪਾਂ ਜਬਰਦਸਤ ਸਮਾਨ ਸਾਂਭੀਏ ਟ੍ਰੇਲਰ ਹੁੱਕ ਕਰੀਏ ਕਿਉਂਕਿ ਇਹ ਲੋਡ ਹੈ ਨਾ ਥੋੜ੍ਹਾ ਜਿਹਾ ਉੱਤੇ ਥੱਲੇ ਇੱਥੋਂ ਹੈਗੀਆਂ ਆ ਸਿਰਫ 1100-1200 ਮਾਈਲ ਅਤੇ ਕੱਲ੍ਹ ਨੂੰ ਆਪਾਂ ਲਾ ਦੇਣਾ ਲੋਡ ਅੱਜ ਇੱਥੋਂ ਤੁਰ ਕੇ ਕੱਲ੍ਹ ਸ਼ਾਮਾਂ ਜਾਂ 1-2 ਵਜੇ ਤੱਕ ਆਰਾਮ ਨਾਲ ਇੱਥੇ ਆਉਣਾ ਲੋਡ ਲਾ ਕੇ ਉੱਥੇ ਉੱਥੋਂ ਚੱਕਣਾ ਚੁੱਕਣਾ ਪਤਾ ਨਹੀਂ ਕਿੱਥੋਂ ਆ ਕਿੱਥੋਂ ਨਹੀਂ ਦੇਖਦੇ ਹਾਂ ਅਤੇ ਚੱਕ ਕੇ ਫਿਰ ਦੱਸਾਂਗਾ ਤੁਹਾਨੂੰ ਕੀ ਬਣਦਾ ਮੈਂ ਦਬਦਬਾ ਬਿਸਤਰਾ ਵਿਛਾਵਾਂ ਯਾਰ ਮੈਂ ਵਿਛਾਉਣਾ ਨਹੀਂ ਇੱਦਾਂ ਰੱਖਣ ਲੱਗਾ ਵਿੱਚੋਂ ਆਈਪੈਡ ਕੱਢੀ ਆਪਾਂ ਆਪਣੀ ਔਨ ਡਿਊਟੀ ਪਾਈਏ ਟਰੱਕ ਗਰਮ ਕਰੀਏ ਅਤੇ ਚੱਲਦੇ ਬਣੀਏ ਹੁਣ ਉਸੇ ਚੱਕਰ ਜਿਹੜਾ ਇੰਜਨ ਚੈੱਕ ਲਾਈਟ ਆ ਰਹੀ ਹੈ ਇੱਕ ਆਹ ਹੈ ਨਾ ਰੇਨ ਸੈਂਸਰ ਉੱਦਣ ਦਾ ਉਹ ਵਾਲਾ ਸੈੱਟ ਨਹੀਂ ਹੋਇਆ ਜਿਹੜਾ ਉਹ ਉੱਥੇ ਲੱਗਾ ਆ ਅਤੇ ਇਹ ਹੁਣ ਮੈਂ ਦੇਖਦਾ ਹਾਂ ਜ਼ਿਆਦਾ ਸ਼ੀਸ਼ੇ ਵਾਲੇ ਬਾਈ ਨੂੰ ਫੋਨ ਕਰਦਾ ਕਿ ਬਾਈ ਉਹਨੂੰ ਸੈੱਟ ਕਰਕੇ ਜਾਓ ਹੈ ਨਾ ਜਦੋਂ ਵੀ ਆਇਆ ਵਾਪਸ ਇੰਜਨ ਚੈੱਕ ਲਾਈਟ ਤਾਂ ਹੀ ਉੱਦਣ ਬੈਟਰੀ ਡਾਊਨ ਹੋ ਗਈ ਜੋ ਸੈਲਫ ਮਾਰੀ ਈ ਸੀ ਯੂ ਦਾ ਆ ਗਿਆ ਕਿ ਮਿਸਿੰਗ ਇੱਦਾਂ ਕਰਕੇ ਕੁਛ ਉਹਦੇ ਚੱਕਰ 'ਚ ਹੋਇਆ ਆ ਜੇ ਨਾ ਹੋਇਆ ਸੈੱਟ ਕੰਪਨੀ ਵਾਲੇ ਕਰਦੇ ਫੋਨ ਉੱਦਾਂ ਹੁਣ ਆਹ ਦੇਖੋ ਇਹਦੇ 'ਚ ਜਾਣਾ ਪਿਆ ਆ ਇਹਦੇ 'ਚ ਪੋਪਅਪ ਨੋਟਿਸ 'ਚ ਜਾਣਾ ਪਿਆ ਨਾ ਇੱਕ ਵਾਸ਼ਰ ਫਲੱਡ ਇਹ ਲੋ ਆ ਰਿਹਾ ਆ ਇੱਕ ਰੇਨ ਸੈਂਸਰ ਮਲਫੰਕਸ਼ਨ ਆ ਰਿਹਾ ਆ ਜਿਹੜਾ ਉਹ ਰੇਨ ਸੈਂਸਰ ਆ ਉਹ 'ਚ ਪ੍ਰੋਬਲਮ ਆ ਜਿਹੜੀ ਇੰਜਨ ਚੈੱਕ ਲਾਈਟ ਆ ਉਹ ਉੱਦਾਂ ਹੀ ਆ ਕਿ ਅੱਗੇ ਵੀ ਇੱਕ ਵਾਰੀ ਆਈ ਸੀਗੀ ਇੱਦਾਂ ਹੀ ਕਰਦੇ ਕਰਦੇ ਉਹ ਮੁੜ ਕੇ ਥੋੜ੍ਹੇ ਟਾਈਮ ਬਾਅਦ ਕਲੀਅਰ ਹੋ ਗਈ ਸੀ ਕੀ ਪਤਾ ਅੱਜ ਵੀ ਕਲੀਅਰ ਹੋ ਜਾਏ ਹੁਣ ਉਹੀ ਟਰਾਈ ਕਰਦੇ ਹਾਂ ਮੈਂ ਤਾਂ ਹੀ ਰੁਕਿਆ ਆ ਕਿਉਂਕਿ ਜਿੱਦਣ ਉੱਦਣ ਲੈ ਕੇ ਆਇਆ ਟਰੱਕ ਆਉਂਦਾ ਹੀ ਮੈਂ ਬੰਦ ਮੇਨ ਸਵਿੱਚ ਬੰਦ ਕਰਕੇ ਚੱਲ ਗਿਆ ਹੈ ਨਾ ਕਹਿੰਦੇ ਹੁੰਦੇ ਥੋੜ੍ਹੀ ਦੇਰ ਲਈ ਇਹਨੂੰ ਬੰਦ ਰੱਖਣਾ ਹੁੰਦਾ ਸਵਿੱਚ ਮੇਨ ਬੰਦ ਰੱਖਣਾ ਹੁੰਦਾ ਉਹ ਫਿਰ ਜਿਹੜਾ ਈ ਸੀ ਹੁੰਦਾ ਕਹਿੰਦੇ ਰੀਸੈਟ ਹੋ ਜਾਂਦਾ ਹੁੰਦਾ ਇੱਕਦਮ ਮਾਈ ਦੱਸਦਾ ਸੀਗਾ ਅਤੇ ਹੁਣ ਵੇਟ ਕਰ ਲੈਂਦੇ ਹਾਂ ਅਤੇ ਆਪਾਂ ਹੁਣ ਟ੍ਰੇਲਰ ਦੇਖੀਏ ਕਿਹੜਾ ਆ ਟਰੱਕ ਜਦ ਤੱਕ ਗਰਮ ਦਾ ਪੇਪਰ ਵਰਕ ਦੇਖੀਏ ਅਤੇ ਔਨ ਲੋਗ ਬੁੱਕ ਚਲਾ ਲਈਏ ਆਪਾਂ ਕਿਉਂਕਿ ਕਿੰਨੇ ਦਿਨ ਹੋ ਗਏ ਲੋਗ ਬੁੱਕਾਂ ਚਲਾਈਆਂ ਹੀ ਨਹੀਂ ਆ ਪਿੱਛੇ ਘੈਂਟ ਲੱਗਦਾ ਮੈਂ ਅਜੇ ਬਿਸਤਰਾ ਨਹੀਂ ਵਿਛਾਇਆ ਉਹ ਦੇਖ ਲਓ ਇੱਦਾਂ ਹੀ ਤੈਹਾਂ ਲਾ ਕੇ ਸਾਈਡ 'ਤੇ ਰੱਖ ਦੀਆਂ ਆ ਮੈਂ ਕੋਈ ਨਹੀਂ ਜਦੋਂ ਸੌਣ ਲੱਗੇ ਉਦੋਂ ਵਿਛਾ ਲਾਂਗੇ ਵਾਲੀ ਆਲਸੀ ਹੋਇਆ ਆ ਬਹੁਤ ਜ਼ਿਆਦਾ ਓਹੋ ਚਲੋ ਕੋਈ ਬਾਤ ਨਹੀਂ ਅਸਲ 'ਚ ਗਾਈ ਸਾਰਿਆਂ ਨੂੰ ਹੈਪੀ ਨਿਊ ਈਅਰ ਯਾਰ ਆਪਾਂ ਲੇਟ ਹੋ ਗਏ ਕਹਿਣ ਤੋਂ ਮੈਂ ਉੱਦਾਂ ਰਾਤੀ ਹੈਪੀ ਨਿਊ ਈਅਰ ਕਰਤਾ ਸੀਗਾ ਜਿਹੜੀ ਆਪਣੀ ਰਾਤੀ ਵੀਡੀਓ ਸੀ ਪਰ ਇੱਥੇ ਅੱਜ 1 ਤਰੀਕ ਆ ਹੁਣ ਦਿਨ ਸਵੇਰ ਦਾ 1 ਵਜਾ ਆ ਸਵੇਰ ਦੀ ਤਰੀਕ ਪਹਿਲੇ ਸਾਲ ਦੇ ਮੰਡੇ 1 ਤਰੀਕ ਮੰਡੇ ਦਾ ਦਿਨ 2024 ਚੜ੍ਹ ਚੁੱਕਾ ਆ ਅਤੇ ਬਾਬਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਨਜ਼ਾਰੇ ਲੈਓ ਜ਼ਿੰਦਗੀ ਦੇ ਸਾਰੇ ਜਾਣੇ ਨਜ਼ਾਰੇ ਲੈਣ ਆਪਾਂ ਵੀ ਲਈਏ ਬਾਬਾ ਮਿਹਰ ਰੱਖੇ ਅਤੇ ਚਲੋ ਹੈਪੀ ਨਿਊ ਈਅਰ ਗਾਈਜ਼ ਆਪਣਾ ਤਾਂ ਨਵਾਂ ਸਾਲ ਟਰੱਕ ਤੋਂ ਸ਼ੁਰੂ ਹੋਣ ਲੱਗਾ ਆਪਣੀ ਰੋਜ਼ੀ ਰੋਟੀ ਤੋਂ ਸ਼ੁਰੂ ਹੋਣ ਲੱਗਾ ਚਲੋ ਨੋਟ ਬੈਡ ਵਧੀਆ ਕੰਮ ਵੀ ਕਰਨਾ ਚਾਹੀਦਾ ਹੈ ਨਾ ਅਤੇ ਮੈਂ ਹੁਣ ਟ੍ਰੇਲਰ ਕਰਾਂ ਹੁੱਕ
ਅੱਜ ਹੈ ਨਾ ਇੰਨੇ ਦਿਨਾਂ ਬਾਅਦ ਕੰਮ ਤੇ ਆਇਆ ਤੇ ਪਹਿਲਾਂ ਤਾਂ ਆਉਣ ਨੂੰ ਦਿਲ ਨੀ ਕਰਦਾ ਸੀ ਮੈਂ ਕਿਹਾ ਯਾਰ ਛੁੱਟੀ ਇੰਨੀਆਂ ਛੁੱਟੀਆਂ ਕਰਕੇ ਵੀ ਹੈ ਨਾ ਕੰਮ ਤੇ ਆਉਣ ਦਾ ਪੰਗਾ ਆ ਮੁੜ ਕੇ ਤੁਹਾਡਾ ਕੰਮ ਤੇ ਕੰਮ ਕਰਨ ਨੂੰ ਦਿਲ ਨੀ ਕਰਦਾ ਇੱਕ ਮੈਨੂੰ ਜੁਕਾਮ ਜੁਕੂਮ ਆਇਆ ਬਹੁਤ ਗੰਦੇ ਵਾਲਾ ਉਹਦਾ ਰੀਜ਼ਨ ਕਿ ਕੱਲ੍ਹ ਹੈ ਨਾ ਜੈਕਟ ਪਾਈ ਨਹੀਂ ਮੈਂ ਉਹ ਪੂਰੀ ਬਾਂਹ ਦੇ ਥੱਲੇ ਟੀ ਸ਼ਰਟ ਪਾਈ ਸੀਗੀ ਉਹ ਵਾਰਮਰ ਟਾਈਪ ਆ ਉਹ ਪਾਈ ਸੀ ਉਹਦੇ ਉੱਤੇ ਟੀ ਸ਼ਰਟ ਪਾ ਕੇ ਉਤਰੀ ਗਿਆ ਉਤਰੀ ਗਿਆ ਉੱਥੇ ਮਾਈਨਸ ਦੋ ਤਿੰਨ ਟੈਂਪਰੇਚਰ ਸੀਗਾ ਉਹਨੇ ਮੇਰਾ ਭੱਠਾ ਗੋਲ ਕਰਤਾ ਹੋਇਆ ਅਤੇ ਉਹਦਾ ਹੁਣ ਮੈਨੂੰ ਮੈਂ ਕੱਲ੍ਹ ਮੈਂ ਨਿਆ ਬੋਲਦੀ ਕਹਿੰਦੀ ਕੱਪੜੇ ਜੈਕਟ ਪਾ ਕੇ ਉਤਰ ਜਾ ਮੈਂ ਕਿਹਾ ਯਾਰ ਬਾਹਰ ਤਾਂ ਫੀਲ ਵੀ ਨਹੀਂ ਹੁੰਦਾ ਬੜਾ ਮਜ਼ਾ ਆ ਰਿਹਾ ਆ ਮੁੜ ਕੇ ਛੇੜਨ ਲੱਗੇ ਕਹਿੰਦੇ ਹੁਣ ਖੁਸ਼ ਆ ਅਤੇ ਚਲੋ ਕੋਈ ਨਹੀਂ ਕਿਸੇ ਦਾ ਮੈਸੇਜ ਆਇਆ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ 2024 ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਸਾਰੀਆਂ ਖੁਸ਼ੀਆਂ ਬਖਸ਼ਣ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਠੀਕ ਆ ਜੀ ਚਲੋ ਫਿਰ ਬਾਈ ਤੈਨੂੰ ਵੀ ਓਕੇ ਚਲੋ ਫਿਰ ਤੁਰੀਏ ਆ ਟ੍ਰੇਲਰ ਪਾਈਏ ਟ੍ਰੇਲਰ ਲੱਭਾਂ ਕਿੱਥੇ ਆ ਗਾਈਸ ਕਲੈਰਟੀ ਬਤਾਏ ਕਿਤਨੀ ਕਾ ਆ ਰਹੀ ਹੈ ਮੇਰਾ ਟ੍ਰੇਲਰ ਨੰਬਰ ਹੈਗਾ 53-23 ਤੇ ਆ ਹੈਗਾ 53-32 ਕਿੱਥੇ ਹੈ 21-32 ਆ ਖੜਾ ਯਾਰ ਇਹ ਤਾਂ ਸ਼ੀਸ਼ਾ ਭੰਨਣ ਵਾਲਾ ਕੰਮ ਭੰਨ ਓ ਮਾਈ ਗੁੱਡਨੈਸ ਇੰਸਪੈਕਸ਼ਨ ਹੋਈ ਆ ਟ੍ਰੇਲਰ ਦੀ ਉਹ ਕੈਮੀਕਲ ਵਾਲਾ ਲੋਡ ਆ ਤੇ ਉਹਦੇ ਵਿੱਚ ਸਾਈਨ ਵੀ ਪੁੱਠੇ ਪਏ ਆ ਓਹੋ ਕਿਹੜੇ ਮਹਾਨ ਸ਼ਖਸ ਦਾ ਕੰਮ ਹੈ ਬਾਈ ਦੱਸਿਓ ਕਿਉਂਕਿ ਮੇਰੇ ਕੰਪਨੀ ਵਾਲੇ ਵੀ ਕਈ ਦੇਖਦੇ ਆ ਉਹਨਾਂ ਨੂੰ ਕਹਿੰਦਾ ਤੁਸੀਂ ਤਾਂ ਨਹੀਂ ਕੀਤਾ ਲੋ ਵੀ ਆ ਵੀ ਲੱਗ ਗਈਆਂ ਸਟੈਂਡ ਚੈੱਕ ਤਾਂ ਹੀ ਓ ਇੱਕ ਤਾਂ ਵਾਲਾ ਟ੍ਰੇਲਰ ਬੜਾ ਗੰਦਾ ਹੀ ਓ ਬੜਾ ਗੰਦਾ ਲਾ ਦੇ ਇੱਕ ਪਾਈ ਵੀ ਆ ਚਿੱਟੀ ਜੀ ਆ ਤੇ ਇੱਕ ਹੀ ਸਾਈਨ ਟੇਢਾ ਲਾ ਜੀ ਉਹਦਾ ਵੀ ਰੀਜ਼ਨ ਸੀਗਾ ਉਹ ਹਨਾ ਸਾਈਡ ਤੋਂ ਟਾਈਟ ਸੀਗਾ ਮੈਂ ਵੀ ਟੇਢਾ ਜਿਹਾ ਕਰਕੇ ਪਾੜਤਾ ਵਿੱਚ ਤੇ ਅੰਦਰ ਵੀ ਤੁਹਾਨੂੰ ਦਿਖਾਉਂਦੇ ਹਾਂ ਕੀ ਆ ਆਏ ਖੁੱਲ ਜਾ ਅੰਦਰ ਹੈ ਯੇ ਡਰਮ ਚਿੱਕੀ ਚਿੱਕੀ ਬੰਬ ਬੰਬ ਅੰਦਰ ਹੈ ਡਰਮ ਚਲੋ ਬਈ ਓਹੋ ਲੈਟਰ ਤੋਂ ਚੱਲਦੀ ਹਾਂ ਮੈਂ ਟੈਸਟ 'ਤੇ ਲਾ ਕੇ ਆਇਆ ਆਹ ਤੁਹਾਨੂੰ ਦਿਖਾਉਂਦੇ ਹਾਂ ਜੇ ਦੇਖੀਏ ਲਾਈਟ ਏ ਵਰਕ ਇਜ਼ ਲੈਫਟ ਇੰਡੀਕੇਟਰ ਰਾਈਟ ਇੰਡੀਕੇਟਰ ਬ੍ਰੇਕ ਨਹੀਂ ਆਹ ਬ੍ਰੇਕ ਚੈੱਕ ਚੱਲਦੀ ਹੈ ਮੇਰੇ ਖਿਆਲ ਨਾਲ ਨੰਬਰ ਪਲੇਟਾਂ ਵਾਲੀ ਲਾਈਟ ਚੱਲਦੀ ਹੈ ਨਜ਼ਾਰੇ ਲੱਗ ਗਏ ਨੇ ਚਲੋ ਫਿਰ ਚਲੀਏ ਓ ਮਾਈ ਗੋਡ ਟੈਟੂ ਰੋਕੇ ਆ ਮੈਂ ਚੈੱਕ ਕਰ ਲਿਆ ਆਹ ਵਾਲਾ ਸਾਈਨ ਮੈਨੂੰ ਲੱਗਦੇ ਆ ਡਿੱਗ ਜਾਣੇ ਆ ਇੱਥੋਂ ਨਾ ਉਹ ਹੁੰਦੇ ਪਏ ਆ ਜੇ ਡਿੱਗ ਗਏ ਤਾਂ ਆਪਣੇ ਲੱਗ ਜਾਣੇ ਆ ਬਾਈ ਮੇਰੀ ਨਾ ਆਹ ਵਾਲੀ ਫੋਗ ਲਾਈਟ ਇਹਦੀ ਤਾਰ ਟੁੱਟੀ ਸੀਗੀ ਉਹਦੀ ਜਿਹੜੇ ਵਾਇਰ ਕਨੈਕਸ਼ਨ ਸੀਗੇ ਉਹਦੇ $2 ਦਾ ਮਤਲਬ ਪ੍ਰੋਡਕਟ ਸੀਗਾ $2 ਦਾ ਪ੍ਰੋਡਕਟ ਸੀਗਾ ਉਹ ਆਪਣੇ ਬੰਦੇ ਦਾ ਟਰੱਕ ਖੜਾ ਇੱਥੇ ਮੈਂ ਨਹੀਂ ਦੱਸਣਾ ਕਿਹਦਾ ਤੇ $2 ਦੀ ਵਾਇਰ ਸੀ ਸਾਲਿਆਂ ਨੂੰ $238 ਉਹਨੂੰ ਰਿਪੇਅਰ ਕਰਨ ਦੇ ਲਏ ਤੇ ਇੱਕ ਸਾਈਨ ਹਟਾ ਤਾ ਭਾਈਕ ਰਹਿ ਗਿਆ ਚਲੋ ਫਿਰ ਚਲੀਏ ਨਿਕਲੀਏ ਇੱਥੋਂ ਨਿਕਲਦੇ ਬਣੀ ਗਿਆ ਟਾਈਮ ਨਾਲ ਉਹ ਪੇਪਰ ਵਰਕ ਲੈ ਕੇ ਨਹੀਂ ਆਇਆ ਮੈਂ ਦੇਖ ਲਓ ਮੇਰਾ ਹਾਲ ਪੇਪਰ ਵਰਕ ਸ਼ਾਇਦ ਇੱਧਰਲੇ ਬੋਕਸ 'ਚ ਪਿਆ ਆ ਪਤਾ ਆਪਾਂ ਮਾਈਕ ਚਲਾਤਾ ਆ ਪਤਾ ਨੀ ਚੱਲਦਾ ਕਿ ਨਹੀਂ ਵੇਟ ਲੱਗ ਗਿਆ ਪਤਾ ਵੇਟ ਹੈਗਾ 40,000 pounds ਓ ਮਾਈ ਗੋਡ ਡੈਡ ਮੈਨ ਹਿੱਲ ਤੇ ਚੀਕਾਂ ਮਾਰਦਾ ਜਾਊ ਅੱਜ ਤਾਂ ਵਧੀਆ ਸਰਵਿਸ ਸੁਰਵਿਸ ਕਰਾ ਕੇ ਆਇਆ ਆ ਦੋਗਲੇ ਬੰਦੇ ਨੀ ਪਸੰਦ ਜਿਹੜੇ ਮੂੰਹ ਤੇ ਕੁਛ ਕਹਿੰਦੇ ਆ ਪਿੱਠ ਪਿੱਛੇ ਕੁਛ ਕਹਿੰਦੇ ਬਸ ਉਹ ਬੰਦੇ ਨੀ ਵਧੀਆ ਲੱਗਦੇ ਬਾਕੀ ਤਾਂ ਸਾਰਾ ਕੁਝ ਠੀਕ ਆ ਮਿਹਨਤ ਦਾ ਕਰੋ ਮਿਹਨਤ ਦਾ ਖਾਓ ਤੇ ਨਜ਼ਾਰੇ ਲਓ ਗਾਇਸ ਅੱਜ ਇੱਕ ਬਾਤ ਬਤਾਨਾ ਕਿ ਸ਼ੀਸ਼ੇ ਚੇਂਜ ਕਰਨ ਸੇ ਕੁਆਲਿਟੀ ਮੇਂ ਫਰਕ ਆਇਆ ਕਿ ਨਹੀਂ ਆਇਆ ਹਜੇ ਥੋੜ੍ਹੀ ਜਿਹੀ ਸ਼ੀਸ਼ੇ ਪੇ ਧੂੰਦ ਜਮੀ ਹੋਈ ਹੈ ਬਾਕੀ ਸਾਰਾ ਕੁਝ ਠੀਕ ਹੈ ਉਹ ਰੁਲਤਾ ਗਏ ਆ ਹੁਣ ਚੁੰਗ ਹੋਣੀ ਹੋਈ ਹੈ ਲੈ ਬਈ ਲੈ ਕੇ ਬਾਬਾ ਜੀ ਦਾ ਨਾਮ ਬਈ ਮੈਂ ਇੱਕ ਚੀਜ਼ ਦੇਖੀ ਮੇਰੇ ਨਾ ਮੈਂ ਯੂਟਿਊਬ 'ਤੇ
ਜਿੰਨੇ ਮਰਜ਼ੀ ਘਰ ਦੇ ਵਲੌਗ ਪਾ ਲਵਾਂ ਮੇਰੇ ਉਹਨਾਂ ਤੇ ਵਿਊ ਨਹੀਂ ਆਉਂਦੇ, ਜਿਹੜੇ ਮੈਂ ਟਰੈਕਿੰਗ ਤੇ ਪਾਉਂਦਾ ਮੇਰੇ ਉਹਨਾਂ ਤੇ ਵਿਊ ਆ ਜਾਂਦੇ ਆ। ਵਾਏ ਜਨਤਾ ਜਾਣਨਾ ਚਾਹਤੀ ਹੈ, ਜਨਤਾ ਨਹੀਂ ਮੈਂ ਜਾਣਨਾ ਚਾਹਤਾ ਹੂੰ ਐਸਾ ਕਿਉਂ। ਟਰੱਕ ਵਾਲੇ ਹੀ ਅੱਛੇ ਲੱਗਦੇ ਆ, ਬਾਕੀ ਵਧੀਆ ਨਹੀਂ ਲੱਗਦੇ ਯਾਰ, ਦੱਸਿਓ ਜ਼ਰੂਰ। ਆਪਾਂ ਕੋਈ ਨਹੀਂ ਫਿਰ ਦੂਜੇ ਪਾਇਆ ਹੀ ਨਹੀਂ ਕਰਨੇ, ਪਰ ਨਹੀਂ ਪਾਇਆ ਕਰਾਂਗੇ। ਉਹ ਵੀ ਲਾਈਫ ਪਤਾ ਹੋਣੀ ਚਾਹੀਦੀ ਆ ਕੀ ਕੁਛ ਕਰਦੇ ਆ ਕੀ ਨਹੀਂ ਕਰਦੇ। ਅਤੇ ਮੈਂ ਕਿਹਾ ਇੱਕ ਵਾਰੀ ਨਿਗਾਹ ਮਾਰ ਲਾਂਗੇ ਤਾਂ ਬੌਂਡ ਬੂੰਡ ਤਾਂ ਨਹੀਂ ਕੈਂਸਲ ਹੋਣਾ। ਕਾਰਬਨ ਇੰਜੀਨੀਅਰ ਲਿਮਿਟਡ ਟੌਕਸਿਕ ਪਤਾ ਨਹੀਂ ਕੀ ਹੈ ਯਾਰ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਇੱਥੇ ਲਿਖਿਆ ਹੋਣਾ ਆ ਜੇ ਹੈ ਪੋਟਾਸ਼ੀਅਮ ਹਾਈਡਰੋਜ਼ਾਈਡ। ਮੈਨੂੰ ਲੱਗਦਾ ਮੈਨੂੰ ਉਹ ਮਿਸਟਰ ਹੈਕਰ ਨੂੰ ਮੰਗਾਉਣਾ, ਇੰਡੀਅਨ ਹੈਕਰ ਨੂੰ ਬੁਲਾਉਣਾ ਹੀ ਪੈਣਾ ਹੈ ਮੇਰੇ ਕੋਲ ਇੰਨਾ ਕੁਛ ਆ, 10 ਐਕਸਪੈਰੀਮੈਂਟ ਕਰਨਾ ਤਾਂ ਕੋਈ ਲੈ ਬਈ। ਇੰਜਨ ਲਾਈਟ ਨਹੀਂ ਜਾ ਰਹੀ ਯਾਰ, ਬਾਕੀ ਤਾਂ ਸਾਰਾ ਕੁਛ ਠੀਕ ਆ ਬਈ। ਲੋਡ ਹੈਗਾ ਭਾਰਾ, ਉੱਤੋਂ ਹੈਗੀ ਹੈਪੀ ਦਿਵਾਲੀ, ਇੱਧਰੋਂ ਚੱਲਦੇ ਹਾਂ। ਲੋਡ ਬਹੁਤ ਜ਼ਿਆਦਾ ਭਾਰਾ ਯਾਰ, ਟਰੱਕ ਦੀਆਂ ਚੀਕਾਂ ਨਿਕਲ ਜਾਣੀਆਂ ਇੱਧਰੋਂ ਜਾਣ 'ਤੇ, ਸੋ ਅੱਜ ਇੱਧਰੋਂ ਚੱਲਦੇ ਹਾਂ। 40,000 ਪਾਉਂਡ ਆ ਇੱਧਰੋਂ, ਨਾਲੇ ਅੱਜ ਟ੍ਰੈਫਿਕ ਤਾਂ ਪੈਣਾ ਨਹੀਂ ਕਿਉਂਕਿ ਲੋਕ ਮਨਾ ਰਹੇ ਆ। ਉਹ ਮੋਰੇ ਪੁਲਿਸ ਵਾਲਾ, ਮੈਂ ਬੈਲਟ ਨਹੀਂ ਲਾਈ ਓਏ। ਦੇਖ ਲਾ ਮੇਰੇ ਪਿੱਛੇ ਤਾਂ ਨਹੀਂ ਆ ਗਿਆ, ਨਹੀਂ ਆਇਆ, ਬਸ ਸੈੱਟ ਆ ਕੰਮ। ਲੋ ਵੀ ਆ ਵਾਲਾ ਐਗਜ਼ਿਟ ਆਪਾਂ ਫੇਰ ਲਵਾਂਗੇ ਯਾਰ। ਅੱਜ ਇੱਕ ਕੰਮ ਖਰਾਬ ਹੋ ਰਿਹਾ ਆ, ਉਹ ਖਰੇ ਇਹਦੇ ਬੋਤਲ ਦੇ ਥੱਲੇ ਪੈਰ ਜੇ ਖਰਾਬ ਹੋ ਗਏ ਆ, ਪਾਣੀ ਵਾਲੀ ਬੋਤਲ ਡਿੱਗੀ ਜਾਂਦੀ, ਇਹਨੂੰ ਬੰਨਣਾ ਪੈਣਾ ਆ। ਉੱਦਾਂ ਤਾਂ ਮੇਰੇ ਕੋਲ ਟਾਈਆਂ ਪਈਆਂ, ਉੱਦਾਂ ਤਾਂ ਬੰਨ ਦਾਂਗੇ ਆਪਾਂ, ਬਟ ਇਹ ਕੰਮ ਤੋਂ ਗਲਤ ਹੋ ਗਿਆ, ਇਹ ਵਾਲਾ ਹਮ ਆਪ ਐਗਜ਼ਿਟ ਲੈਂਗੇ ਆਪ। 91 ਫੜ ਕੇ ਬੈਠਾ ਮੈਂ ਹੁਣ ਨੂੰ, ਨਜ਼ਰ ਹੀ ਲੱਗ ਗਈ ਜੇ ਬਈ। ਕਿੰਨੀ ਧੁੰਦ ਪਈ ਆ ਯਾਰ ਬਈ, ਵਧੀਆ ਹੋਇਆ ਮੈਂ ਇੱਧਰੋਂ ਆਇਆ, ਬਹੁਤ ਲੋਡ ਭਾਰਾ ਨਾ, ਟਰੱਕ ਦੀ ਬੱਸ ਹੋ ਜਾਣੀ ਸੀ ਉੱਧਰੋਂ ਅੱਜ। ਇਹਨੂੰ ਜਾ ਕੇ ਸੈੱਟ ਕਰਦਾ ਇੱਕ ਵਾਰੀ, ਉੱਥੇ ਬਾਰਡਰ 'ਤੇ ਆ ਕੇ ਰੋਕਦਾ ਆ। ਓ ਮਾਈ ਗੁੱਡਨੈਸ, ਸਾਹਮਣੇ ਦਾ ਵਿਊ ਦੇਖੋ ਯਾਰ, ਕਿੰਨਾ ਜ਼ਿਆਦਾ ਘੈਂਟ ਹੋਇਆ ਉਹ ਦੇਖੋ। ਓਏ ਹੋਏ ਹੋਏ ਹੋਏ, ਕਿਉਂਕਿ ਹਮਾਰੇ ਰਾਈਟ ਹੈਂਡ ਸਾਈਡ 'ਤੇ ਹੈਗਾ ਆ ਆਪਣਾ ਸਮੁੰਦਰ, ਪਰ ਬਹੁਤ ਸੋਹਣਾ ਲੱਗ ਰਿਹਾ ਅੱਗੇ, ਉੱਤੋਂ ਬੱਦਲ ਵੀ ਬੜਾ ਘੈਂਟ ਹੋਇਆ ਕਿਉਂਕਿ ਆਪਾਂ ਧੁੰਦ ਛੱਡ ਜਾਂਦੀ ਆ ਪਿੱਛੇ। ਮੇਬੀ ਅੱਜ ਆਪਾਂ ਨੂੰ ਸਾਰਾ, ਕਿਉਂਕਿ ਮੈਂ ਹਾਈਵੇ ਚੈੱਕ ਕਰਕੇ ਹਟਿਆ ਇੱਕ, ਆਪਾਂ ਜਾਣਾ ਹੁਣ ਉੱਥੇ ਜਾ ਕੇ ਚੈੱਕ ਕਰਾਂਗੇ ਆਪਾਂ ਹਾਈਵੇ 70 ਤੋਂ ਜਾਣਾ ਆ ਕਿ 80 ਤੋਂ ਜਾਣਾ ਆ। ਮੇਰਾ 80 ਤੋਂ ਜਾਣ ਦਾ ਦਿਲ ਹੈ ਨਹੀਂ ਗਾ, ਕਿਉਂਕਿ ਆਪਾਂ ਉਹਦੇ ਲਾਗੇ ਜਾਣਾ ਹੈ ਨਾ, ਕਲਰਾਡੋ ਜਾਣਾ, 70 ਤੋਂ ਜਾਵਾਂਗੇ। ਸੋ ਲੈਟਸ ਸੀ ਕਿ ਕਿੱਦਾਂ ਦਾ ਮੌਸਮ ਮਿਲਦਾ ਕੱਲ੍ਹ ਨੂੰ, ਉਹਦੇ 'ਤੇ ਡਿਪੈਂਡ ਆ। ਪਰ ਜੇ ਤਾਂ ਵਧੀਆ ਮਿਲਿਆ ਫਿਰ ਤਾਂ ਆਪਾਂ 70 'ਤੇ ਹੀ ਜਾਵਾਂਗੇ, 80 'ਤੇ ਇਹ ਡਰ ਲੱਗਦਾ, 80 ਗੰਦਾ ਆ। ਬਾਕੀ ਦੇਖ ਲੈਂਦੇ ਹਾਂ ਕਿਆ ਮੂਡ ਬਣਦਾ ਆ। ਆਪਾਂ ਵੇਟ ਚੈੱਕ ਕਰ ਲਈਏ, ਰਿਸਕ ਕਿਉਂ ਹੀ ਲੈਣਾ ਹੈ, ਕਿਉਂਕਿ ਪਤਾ ਨਹੀਂ ਹੈ ਯਾਰ ਵੇਟ ਕਿੱਦਾਂ ਆ। ਮੈਂ ਇੱਕ ਵਾਰੀ ਨਿਗਾਹ ਮਾਰ ਲਈ, ਉੱਦਾਂ ਤਾਂ ਮੇਰਾ ਵੇਟ ਜੇ ਮੈਂ ਆਪਣੀ ਗੇਜ ਦੇ ਹਿਸਾਬ ਨਾਲ ਜਾਵਾਂ ਤਾਂ ਮੇਰਾ ਵੇਟ ਪ੍ਰੋਪਰ ਸੈੱਟ ਆ, ਐਂਡ ਸਹੀ ਆ। ਬਟ ਯਹਾਂ ਪੇ ਨਿਗਾਹ ਮਾਰ ਲੈਂਦੇ ਹਾਂ, 2 ਮਿੰਟ ਲੱਗਣੇ, ਆਪਣੇ ਕਿਹੜਾ ਪੈਸੇ ਲੱਗਣੇ ਉੱਥੇ। ਓਕੇ 54 'ਤੇ ਆ ਜਾ, ਆ ਗਿਆ 54-60। ਓਕੇ ਮੂਹਰੇ ਸੈੱਟ ਆ ਵੇਟ, ਹੁਣ ਆ ਜਾ ਇੱਥੇ। ਓਕੇ 14,520, ਇਹ ਵੀ ਸੈੱਟ ਆ। ਹੁਣ ਰਹਿ ਗਏ ਟ੍ਰੇਲਰ ਦੇ ਟਾਇਰ, ₹13,940। ਓਕੇ ਰਿਪੋਰਟਾਂ ਆ, ਚਲੋ ਚਲੀਏ, ਬਾਈ ਨਾ ਕੰਮ ਸੀਗਾ। ਮੈਨੂੰ ਲੱਗਦਾ ਤਾਂ ਹੈ ਕਿ ਟ੍ਰੈਫਿਕ ਹੋਣਾ ਤਾਂ ਹੈ ਨਹੀਂ ਆ, ਬਾਕੀ ਫਿਰ ਵੀ ਨਿਗਾਹ ਮਾਰ ਲੈਂਦੇ, ਸੱਚ ਹੈ 28 ਕੱਟਣੀ ਆ। ਬਸ ਬੋਤਲ ਫਿਰ ਮੈਂ ਤੋੜ ਲੈਣੀ ਆ, ਨਹੀਂ ਤਾਂ ਇਹ ਬਾਈ 2 ਵਾਰੀ ਪਾਣੀ ਵਾਲੀ ਬੋਤਲ ਡਿੱਗ ਗਈ ਆਪਣੀ, ਸੋ ਮੈਨੂੰ ਟੈਨਸ਼ਨ ਆ ਕਿ ਮੈਂ ਤੋੜ ਹੀ ਨਾ ਲਵਾਂ। ਲੈ ਵੀ ਬਾਰਡਰ ਤਾਂ ਖਾਲੀ ਪਿਆ ਆ, ਉਹਦਾ ਮੋੜ ਘੇੜ ਆਉਣੇ ਨਹੀਂ ਆ, ਸਿੱਧਾ ਆ ਜਾਣਾ ਰੋਡ ਅੱਗੇ, ਚੱਲਦੇ ਹੀ ਆ। ਵਾਹ ਬਈ ਇੱਥੇ ਤਾਂ ਹੈ ਹੀ ਨਹੀਂ ਕੋਈ, ਮੈਨੂੰ ਲੱਗਦਾ ਮੈਂ ਇਕੱਲਾ ਹੀ ਕੰਮ 'ਤੇ ਤੁਰਿਆ ਆ। ਜਿੱਦਾਂ ਕਹਿੰਦੇ ਨਹੀਂ ਹੁੰਦੇ, ਉਹ ਮੈਨੂੰ ਕਹਿੰਦਾ ਬੱਸ 'ਚ ਮੈਂ ਇਕੱਲਾ ਹੀ ਬੈਠਾ, ਮੈਨੂੰ ਲੱਗਦਾ ਮੈਂ ਹੀ ਦਿਹਾੜੀਆਂ, ਮੈਂ ਹੀ ਪੈਸੇ ਕਮਾ ਰਿਹਾ ਸਭ ਤੋਂ ਜ਼ਿਆਦਾ। ਮੈਨੂੰ ਵੀ ਇਹੀ ਫੀਲਿੰਗ ਆ ਰਹੀ ਆ ਕਿ ਮੈਂ ਇਕੱਲਾ ਹੀ ਕੰਮ 'ਤੇ ਆ, ਮਤਲਬ ਮੈਂ ਹੀ ਜ਼ਿਆਦਾ ਪੈਸੇ ਕਮਾ ਰਿਹਾ ਆ।
ਨਹੀਂ ਇਹ ਵੀ ਦੱਸੋ ਨਾ ਨਾਲ 11 ਦਿਨ ਮੈਂ ਛੁੱਟੀਆਂ ਵੀ ਕਰਕੇ ਆ 11 ਤੋਂ 12 ਦੇ ਉਹ ਤੁਹਾਡੀ ਇੱਕ ਵੀ ਟਰੱਕ ਨਹੀਂਗਾ ਅੱਜ ਦਾ ਫਾਸਟ ਸਰਵਿਸ ਆ ਫਾਸਟ ਉਹ ਵਾਵੀ ਵਾਵੀ ਚੱਲਦੀਆਂ ਲੈਟਾਂ ਮੈਨੂੰ ਅੱਜ ਪਤਾ ਲੱਗਾ ਇੱਕ ਟਰੱਕ ਖੜਾ ਸ਼ਾਇਦ ਹਾਂ ਹੈ ਇੱਕ ਵੀ ਨਹੀਂ ਖੜਾ ਕਿਹੜੀ ਲਾਈਨ ਚਲਾਈ ਹੈ ਇੱਧਰ ਲਾਉਂਦੇ ਮੋੜਨਾ ਸੌਖਾ ਹੋ ਜਾਂਦਾ ਆ ਉਹ ਇੱਕ ਗਿਆ ਇੱਕ ਟਰੱਕ ਲੱਗਾ ਸੀ ਚਲੋ ਵੀ ਟੱਪ ਲਈਏ ਬਾਰਡਰ ਲੈ ਵੀ ਨਾ ਤਾਂ ਅੱਜ ਐਕਸਰੇ ਬੰਦ ਕੀਤਾ ਆ ਕਹਿੰਦੇ ਅੱਜ ਨਵੇਂ ਸਾਲ ਤੇ ਸਾਰੇ ਮਜ਼ੇ ਲਓ ਬੰਦਾ ਉੱਦਾਂ ਚੰਗਾ ਸੀ ਪਰ ਖਿਜਿਆ ਜਿਹਾ ਸੀ ਮੈਨੂੰ ਲੱਗਦਾ ਵਿਚਾਰੇ ਦੀ ਛੁੱਟੀ ਖਰਾਬ ਕਰਤੀ ਛੁੱਟੀ ਦੇ ਇਹਨੂੰ ਬੁਲਾ ਲਿਆ ਕੰਮ ਤੇ ਬਈ ਬਾਰਡਰ ਦੇਖੋ ਖਾਲੀ ਮੈਨੂੰ ਤਾਂ ਇੰਨਾ ਸਵਾਦ ਆ ਰਿਹਾ ਨਾ ਕਿ ਖਾਲੀ ਖਾਲੀ ਹੈ ਦਵਾ ਦਵਾ ਨਿਕਲ ਜਾਓ ਨਹੀਂ ਤਾਂ ਟਾਈਮ ਬਹੁਤ ਵੇਸਟ ਹੁੰਦਾ ਚੈੱਕ ਤਾਂ ਇਹ ਬੱਦਲ ਵਧੀਆ ਆ ਨਾ ਉਦਾਂ ਮੇਰੇ ਖਿਆਲ ਨਾਲ ਜਿਹੜੇ ਡਰਾਮੇ ਆ ਨਾ ਲਿਕੁਅਡ ਆ ਜਿਹੜਾ ਆਪਣਾ ਉਹ ਜੋ ਵੀ ਆ ਪੋਟਾਸ਼ੀਅਮ ਜਿਹੜੀ ਆ ਲਿਕੁਅਡ ਵਾਲੀ ਆ ਤੇ ਇਹ ਮੇਰੇ ਖਿਆਲ ਨਾਲ ਝੋਲ ਵੀ ਮਾਰਦੀ ਪਈ ਆ ਤੇ ਅੱਗੇ ਨੂੰ ਧੱਕ ਵੀ ਮਾਰਦੀ ਪਈ ਆ ਸੋ ਜਿਹੜੀ ਬ੍ਰੇਕ ਟਾਈਮ ਉਹ ਵਧਾਉਣਾ ਪੈਣਾ ਇਹਦੇ ਹਿਸਾਬ ਨਾਲ ਲੈ ਬਈ ਤੇ ਸਕੇਲਾਂ ਤੋਂ ਵੀ ਅੱਜ ਬਚਣਾ ਪੈਣਾ ਕਿਉਂਕਿ ਅੱਜ ਜਦੋਂ ਸਾਈਨ ਲੱਗੇ ਹੁੰਦੇ ਆ ਨਾ ਇਹ ਸਕੇਲਾਂ ਵਾਲੇ ਨਹੀਂ ਛੱਡਦੇ ਯਾਰ ਉਦੋਂ ਕੱਢ ਲੈਂਦੇ ਕਹਿੰਦੇ ਆ ਜਾਓ ਬਾਹਰ ਨੂੰ ਓਕੇ ਤੇ ਗ੍ਰੀਨ ਲਾਈਟ ਜਾਂ ਅੰਗੂਠਾ ਚੱਕਦੇ ਓਕੇ ਗ੍ਰੀਨ ਲਾਈਟ ਦੇ ਦਿੱਤੀ ਬੰਦੇ ਨੇ ਅੰਗੂਠਾ ਨਹੀਂ ਚੱਕਿਆ ਇੰਨਾ ਗਾਂਹ ਬੁਲਾ ਕੇ ਮੈਨੂੰ ਚਲੋ ਬਈ ਤੁਰ ਪਏ ਆਪਾਂ I-90 ਤੇ ਪਹੁੰਚ ਚੁੱਕੇ ਹਾਂ ਤੁਸੀਂ ਉੱਪਰ ਦੇਖ ਸਕਦੇ 90 ਸਪੋਕਨ ਤੇ ਤੁਹਾਨੂੰ ਪਤਾ ਤੇ ਆਪਾਂ 100 ਮੀਲ ਹੀ ਜਾਣਾ ਸਿੱਧਾ ਸਿੱਧਾ ਤੇ ਪਿੱਛੇ ਯਾਰ ਟਰੱਕ ਹੀ ਨਹੀਂ ਤੁਰਦਾ ਪਿਆ ਪਹਿਲਾਂ ਤਾਂ ਲੋਡ ਆਪਣਾ ਇੰਨਾ ਭਾਰ ਆਇਆ ਤੇ ਅੱਜ ਜਿੱਦਣ ਜਾਣਾ ਉੱਦਣ ਨੂੰ ਤੁਹਾਨੂੰ ਪਤਾ ਹਿੱਲ ਬਹੁਤ ਜ਼ਿਆਦਾ ਪੈਂਦੀ ਆ ਬਹੁਤ ਜ਼ਿਆਦਾ ਅਪ ਹਿੱਲ ਆ ਬਹੁਤ ਜਲੂਸ ਨਿਕਲਦਾ ਆ ਬਟ ਇਟਸ ਓਕੇ ਤੇ ਹੁਣ ਇਸ ਇੱਥੇ ਸ਼ਾਟਲ ਜਿਹਾ ਅੱਜ ਠੀਕ ਸੀ ਇੰਨਾ ਟ੍ਰੈਫਿਕ ਨਹੀਂ ਮਿਲਿਆ ਗੱਡੀਆਂ ਵਾਲੇ ਮਿਲੇ ਹੌਲੀ ਉਹ ਸਕੀ ਸਕੂ ਵਾਲੇ ਜਿਹਨਾਂ ਨੇ ਉੱਪਰ ਦਾ ਆਇਓ ਹੌਲੀ ਹੌਲੀ ਤੁਰੇ ਉਹ ਤੋਰਨ ਹੀ ਨਾ ਗੱਡੀਆਂ ਨੂੰ ਨਾ ਗੁੱਸਾ ਚੜੇ ਨਾ ਪਰ ਹੁਣ ਫਾਈਨਲੀ ਆਪਾਂ ਚੜ ਗਏ ਹਾਂ ਇੱਥੋਂ ਹੁਣ ਆਪਾਂ 100 ਮੀਲਾਂ ਸਿੱਧਾ ਸਿੱਧਾ ਜਾਈਏ ਫਿਰ ਹਾਈਵੇ ਚੇਂਜ ਕਰੀਏ ਲੇਨ ਚੇਂਜ ਨਹੀਂ ਹੋਣੀ ਜਿਹੜੀ ਆ ਜੋ ਇਧਰਲੀ ਲੈ ਜੋ ਗੱਡੀ ਖੜਾ ਯਾਰ 4-ਵੇ ਲਾ ਕੇ ਥੈਂਕ ਯੂ ਟੈਂਪਰੇਚਰ ਇੰਨਾ ਜ਼ਿਆਦਾ ਡਾਊਨ ਗਿਆ ਨਾ ਇੱਥੇ ਸਨੋਅ ਦੱਸੀ ਆ ਕੱਲ੍ਹ ਨੂੰ ਅਤੇ ਸ਼ਾਇਦ ਆਪਾਂ ਨੂੰ ਆਉਂਦੇ ਹੋਏ ਸਨੋਅ ਮਿਲੇ ਕਿਉਂਕਿ ਵੈਦਰ ਹੁਣ ਸਹੀ ਹੋਣ ਲੱਗ ਪਿਆ ਆ 1 ਡਿਗਰੀ ਟੈਂਪਰੇਚਰ ਆ ਇੱਥੇ ਕੱਲ੍ਹ ਨੂੰ -2 ਦੱਸਿਆ ਆ ਸੋ ਰਾਤ ਨੂੰ ਸਨੋਅ ਦੱਸੀ ਆ ਇੱਥੇ ਵਾਹ ਵੀ ਵਾਹ ਜੇ ਪੈ ਗਈ ਤਾਂ ਧੰਨ ਧੰਨ ਹੋ ਜਾਣੀ ਆ ਆਹ ਸਾਰੇ ਚਿੱਟਾ ਹੁੰਦਾ ਇੱਥੇ ਢੇਰ ਲੱਗੇ ਹੁੰਦੇ ਆ ਐਤਕੀ ਕੁਛ ਵੀ ਨਹੀਂ ਆ ਯਾਰ ਇਹਨੇ ਇੰਨਾ ਜਲੂਸ ਕੱਢਣਾ ਨਾ ਐਤਕੀ ਗਰਮੀਆਂ ਦੇ ਵਿੱਚ ਇੱਥੇ ਨਾ ਜੇ ਗੰਨੇ ਨਿੱਕੇ ਨਿੱਕੇ ਵਾਟਰਫਾਲ ਚੱਲ ਰਹੇ ਆ ਆਹ ਦਿਨਾਂ 'ਚ ਇੱਥੇ ਜੰਮੇ ਹੁੰਦੇ ਤਾਂ ਕ੍ਰਿਸਟਲ ਜਿਹੇ ਬਣੇ ਹੁੰਦੇ ਆ ਬਹੁਤ ਹੀ ਬੰਦਾ ਹਾਲ ਹੁੰਦਾ ਯਾਰ ਕਿ ਕੁਛ ਵੀ ਨਹੀਂ ਆ ਇੱਥੇ ਅਤੇ ਹੁਣ ਆਪਾਂ ਨਾ ਅੱਗੇ ਮੈਂ ਸੋਚ ਰਿਹਾ ਮੈਂ ਬ੍ਰੇਕ ਲਾਵਾਂ ਮੈਨੂੰ ਭੁੱਖ ਲੱਗੀ ਆ ਕੁਛ ਖਾਈਏ ਆਪਾਂ ਖਾ ਕੇ ਦੇਖਦੇ ਹਾਂ ਰੋਟੀ ਰੋਟੀ ਖਾਂਦੇ ਹਾਂ ਅੱਜ ਤਾਂ ਪਾਲਾ ਹੀ ਜ਼ੋਰ ਹੀ ਲੱਗੀ ਜਾਂਦਾ ਟਰੱਕ ਦਾ ਨਿਆ ਦੇ ਨਾਲ ਚੜ੍ਹਦੇ ਪਏ ਆ ਇੱਦਾਂ ਚੜ੍ਹਾਈਆਂ ਆਹ ਦੇਖੋ ਇੱਥੇ ਆਹ ਜਿਹੜੇ ਸੀਗੇ ਹੁਣੀ ਪੱਥਰ ਜੇ ਇੱਥੇ ਨਾ ਇੱਦਾਂ ਪ੍ਰੋਪਰ ਇੱਦਾਂ ਸੂਏ ਜਿਹੇ ਬਣੇ ਹੁੰਦੇ ਸਨ ਉਹਦੇ ਨਾਲੇ ਪਰ ਉੱਤੋਂ ਪਾਣੀ ਹੀ ਨਹੀਂ ਆ ਰਿਹਾ ਹੁਣ ਜਿੱਦਾਂ ਅੱਜ ਟੈਂਪਰੇਚਰ ਡਾਊਨ ਗਿਆ ਆ ਸੋ ਅੱਜ ਹੋ ਸਕਦਾ ਸੀ ਆਹ ਇੱਥੇ ਆ ਕੇ ਸਨੋਅ ਆਈ ਹੈ ਵੀ ਮੈਲਟ ਹੋਈ ਹੋ ਅੱਜ ਡਾਊਨ ਸਾਈਡ 'ਤੇ ਲੱਗੀ ਆ ਢੇਰ ਲੱਗਾ ਹੁੰਦਾ ਉੱਪਰ ਤੱਕ ਇਹ ਤੋਂ ਬਾਹਰ ਆਈ ਹੁੰਦੀ ਆ ਪਿੱਲਰਾਂ ਤੋਂ ਬਾਹਰ ਆਈ ਹੁੰਦੀ ਆ ਸਨੋਅ ਲੈ ਵੀ ਧੁੱਪ ਦੇ ਵਿੱਚੋਂ ਨਿਕਲਿਆ ਆਪਾਂ ਬੱਦਲਾਂ ਦੇ ਵਿੱਚ ਵੜ ਗਏ ਹਾਂ ਓ ਮਾਈ ਗੋਡ ਅੱਛਾ ਲੱਗ ਰਿਹਾ ਹੈ ਗਾਈਸ
too much beautiful. ਲੈ ਵੀ ਇੱਥੇ ਦਿਖੀ ਸਨੋ ਮਿਲ ਗਈ ਟੈਂਪਰੇਚਰ ਵੀ ਮਾਈਨਸ 1 ਚਲ ਗਿਆ ਜਿੱਦਾਂ ਇਹਦਾ ਉੱਪਰ ਜਾਈ ਜਾਂਦੇ ਉਦੋਂ ਦਾ ਟੈਂਪਰੇਚਰ ਡਾਊਨ ਆਈ ਜਾਂਦਾ ਉਹ ਲੈ ਵੀ ਇੱਥੇ ਚੱਲਦੀ ਹੁਣ ਪ੍ਰੋਪਰ ਸਕੀ ਚੱਲ ਰਹੀ ਆ ਗੋਰਿਆਂ ਤਾਂ ਲੱਗੇ ਪਏ ਆ ਨਜ਼ਾਰੇ ਇੱਥੇ ਇੱਕ ਦਿਨ ਟੈਂਪਰੇਚਰ ਬਹੁਤ ਹਾਈ ਚੱਲ ਗਿਆ ਸੀਗਾ ਆਹ ਮੇਰੇ ਖਿਆਲ ਨਾਲ ਅੱਜ ਕੱਲ੍ਹ ਦੇ ਵਿੱਚ ਪਿੱਛੇ ਜੇ ਵੀ ਸਨੋਅ ਪਈ ਆ ਥੋੜ੍ਹੇ ਦਿਨ ਪਹਿਲਾਂ ਹਾਂ ਇੱਥੇ 1 ਡਿਗਰੀ ਆ 1 ਡਿਗਰੀ ਸ਼ੋਅ ਕਰਦਾ ਪਿਆ ਆ ਓ ਵਾਓ ਕਿੰਨਾ ਘੈਂਟ ਮੌਸਮ ਹੋਇਆ ਯਾਰ ਕਿੰਨਾ ਸੋਹਣਾ ਲੱਗਦਾ ਪਿਆ ਆ ਨਾਈਸ ਭਾਈ ਆਪਾਂ ਇੱਕ ਪਹਿਲਾ ਟਾਸਕ ਤਾਂ ਕੰਪਲੀਟ ਕਰ ਲਿਆ ਇੱਥੇ ਕੁਛ ਵੀ ਨਹੀਂ ਸੀਗਾ ਨਿਕਲ ਗਏ ਆਪਾਂ ਹੁਣ ਇਹ ਤੋਂ ਬਾਅਦ ਆਪਾਂ ਨੂੰ ਹੁਣ 2 ਹਿੱਲਾਂ ਪੈਣੀਆਂ ਜਿਹੜੀਆਂ ਸਭ ਤੋਂ ਗੰਦੀਆਂ ਉੱਥੇ ਵੀ ਸਨੋਅ ਲੱਗਦਾ ਤਾਂ ਹੀ ਹੋਵੇ ਉਹ ਤਾਂ ਸ਼ੋਅ ਮਤਲਬ ਪੁਰਾਣੀ ਸਨੋਅ ਪਈ ਹੋਈ ਉਹ ਕਹਿ ਨਹੀਂ ਸਕਦੇ ਤਾਜ਼ੀ ਦਾ ਸ਼ੋਅ ਨਹੀਂ ਕਰ ਰਿਹਾ ਪਰ ਅੱਜ ਕੱਲ੍ਹ ਵੈਦਰ ਨੈਟਵਰਕ ਵੀ ਧੋਖਾ ਦੇ ਰਿਹਾ ਆ ਉਹ ਪਿਛਲੀ ਵਾਰੀ ਜਦੋਂ ਅਸੀਂ ਹੁਣੀ ਲਾਸਟ ਟ੍ਰਿਪ ਲਾ ਗਏ ਜਿਹੜਾ ਸਮਿਟ ਪੈਂਟਿਕਟਨ ਵੱਲ ਘੁੰਮਣ ਗਏ ਸੀ ਅਤੇ ਉੱਥੇ ਹੈ ਨਾ ਜਾਂਦਿਆਂ ਨੂੰ ਹਾਂਜੀ ਮੈਂ ਕਿਹਾ ਉਹ ਹੈ ਨਾ ਧੋਖਾ ਦੇ ਰਿਹਾ ਆ ਹੁਣ ਜਿਹੜਾ ਅਸੀਂ ਪੈਂਟਿਕਟਨ ਦਾ ਟ੍ਰਿਪ ਲਾ ਕੇ ਆਏ ਹਾਂ ਉੱਥੇ ਹੈ ਨਾ ਸ਼ੋਅ ਕਰਦਾ ਸੀ ਕਿ ਸਨੋਅ ਵਗੈਰਾ ਕੁਛ ਨਹੀਂ ਆ ਵੈਦਰ ਕਲੀਨ ਆ ਥੋੜ੍ਹੀ ਜਿਹੀ ਸਨੋਅ ਸ਼ੋਅ ਕਰਦਾ ਹੈ ਤਾਂ ਉੱਥੇ ਜਾ ਕੇ ਬਹੁਤ ਖਲਾਰਾ ਪਿਆ ਸੀਗਾ ਰਾਸਤੇ 'ਚ ਅਤੇ ਉੱਤੋਂ ਅਗਲੇ ਦਿਨ ਅਸੀਂ ਕਿ ਕਲੋਨੇ ਸਾਈਡ ਚੱਲਦੇ ਜਦੋਂ ਅਸੀਂ ਚੈੱਕ ਕੀਤਾ ਵੈਦਰ ਨੈਟਵਰਕ ਉਹਨੇ ਬਹੁਤ ਸਨੋਅ ਸ਼ੋਅ ਕੀਤੀ ਹੈ ਨਾ ਅਸੀਂ ਫਿਰ ਕੈਂਸਲ ਕਰਤਾ ਪਰ ਉੱਥੇ ਕੁਛ ਵੀ ਨਹੀਂ ਸੀਗਾ ਸਾਡੇ ਨਾਲ ਇੱਦਾਂ ਹੋ ਗਈ ਆ ਅਤੇ ਰਾਸਤੇ 'ਚ ਵੀ ਆਉਂਦੇ ਉੱਤੇ ਰਾਸਤੇ ਵਿੱਚ ਰੋਡ ਸਾਨੂੰ ਗੰਦਾ ਮਿਲਿਆ ਅਤੇ ਉਹੀ ਹੁਣ ਮਤਲਬ ਇਹ 'ਤੇ ਯਕੀਨ ਨਹੀਂ ਅੱਗੇ ਐਨ ਪ੍ਰੋਪਰ ਦੱਸਦਾ ਹੁੰਦਾ ਸੀਗਾ ਹੁਣ ਇਹ ਵੀ ਐਪਲ ਵਾਲੇ ਵਾਂਗੂ ਐਨ ਕਰਨ ਲੱਗ ਪਿਆ ਦੱਸਦਾ ਨਹੀਂ ਚਾਹੀਦਾ ਬਹੁਤ ਵਾਰੀ ਹੋ ਚੁੱਕਾ ਹੁਣ ਮੇਰੇ ਨਾਲ ਪਤਾ ਨਹੀਂ ਹੁਣ ਅੱਜ ਕਿੱਦਾਂ ਦਾ ਰਹੂਗਾ ਕਿਉਂਕਿ ਇੱਥੇ ਕੁਛ ਵੀ ਬੱਦਲ ਵਗੈਰਾ ਸ਼ੋਅ ਨਹੀਂ ਕਰਦਾ ਸੀ ਅਤੇ ਹੁਣ ਇੱਥੇ ਬੱਦਲ ਆ ਗਏ ਇੱਕਦਮ ਹਜੇ ਵੀ ਨਹੀਂ ਸ਼ੋਅ ਕਰ ਰਿਹਾ ਹੁਣ ਹੀ ਚੈੱਕ ਕਰਕੇ ਰਿਹਾ ਹਜੇ ਵੀ ਐਨ ਪ੍ਰੋਪਰ ਕਲੀਨ ਦਿਖਾ ਰਿਹਾ ਕਿ ਕੁਛ ਨਹੀਂ ਆ ਕਹਿੰਦਾ ਇੱਥੇ ਚਲੋ ਰਾਈਟ ਲੇਨ ਮੁੱਕ ਰਹੀ ਆ ਟਰੱਕ ਵਾਲੇ ਨੂੰ ਆਪਾਂ ਦੇ ਦਈਏ ਸਾਈਡ ਉਹ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਸੀ ਆਪਣੇ ਕੋਲ ਤਾਂ ਪੀਜ਼ਾ ਹੈਗਾ ਰਾਤੀ ਮੈਂ ਨਾ ਮੰਗਾਇਆ ਸੀਗਾ ਘਰ ਬੈਠਾ ਜਦੋਂ ਮੈਨੂੰ ਨੇਹਾ ਨੇ ਪਾਤਾ ਪੀਜ਼ਾ ਗਰਮ ਕਰਕੇ ਖਾਂਦੇ ਹਾਂ ਨਹੀਂ ਯਾਰ ਗਲਾ ਮੇਰਾ ਅੱਗੇ ਖਰਾਬ ਆ ਉੱਤੋਂ ਮੈਂ ਪੀਜ਼ੇ ਖਾਂਦਾ ਗਰਮ ਹੋ ਜਾਵੇ ਇਹ 'ਚ ਵਧੀਆ ਚਲੋ ਖਾ ਲਈਏ ਦਬਦਬ 3 ਪੀਸ ਹੈਗੇ ਆਪਣੇ ਕੋਲ ਖੜਾ ਆਪਣਾ ਟਰੱਕ ਪੀਜ਼ਾ ਹੋ ਗਿਆ ਹੋਣਾ ਗਰਮ ਮੈਂ ਲਾ ਗਿਆ ਸੀ ਗਰਮ ਹੋਣਾ ਮੈਂ ਪੀਜ਼ਾ ਗਰਮ ਹੋਣਾ ਲਾ ਗਿਆ ਸੀ ਮੈਂ ਕਿਹਾ ਆਉਂਦੇ ਨੂੰ ਗਰਮ ਹੋ ਜੂਗਾ ਵਾਸ਼ਰੂਮ ਯੂਜ਼ ਕਰਿਆ ਹੁੰਦਾ ਉਹ ਜਿਹੜੇ ਸਟੂਅਰਟ ਵਾਲੇ ਪਹਾੜ ਆ ਦੀਦੇ ਨਹੀਂ ਆ ਦੀਦੇ ਹੀ ਨਹੀਂ ਪਏ ਸਾਰੇ ਧੁੰਦ ਦੇ ਪਿੱਛੇ ਲੁਕੇ ਹੋ ਆ ਮਤਲਬ ਬੱਦਲਾਂ ਦੇ ਪਿੱਛੇ ਲੁਕੇ ਹੋ ਆ ਧੁੰਦ ਬਹੁਤ ਜ਼ਿਆਦਾ ਧੁੰਦ ਆ ਗਈ ਯਾਰ ਇੱਕਦਮ ਹੀ ਮੈਨੂੰ ਲੱਗਦਾ ਇਹੀ ਹਾਲ ਰਹਿਣਾ ਆ ਸਪੀਡ ਹੈਗੀ ਆ ਸਾਰੀ 50 ਦੀ ਕਿਉਂਕਿ ਆਹ ਵਾਲੀ ਆ ਹਿੱਲ ਬਹੁਤ ਵੱਡੀ ਆ ਇਸ ਤੋਂ ਬਾਅਦ ਆਪਾਂ ਨੂੰ ਡੈੱਡ ਮੈਨ ਹਿੱਲ ਵਾਲੀ ਪੈਣੀ ਆ ਉਹ ਵਿਊ ਪੁਆਇੰਟ ਆ ਗਿਆ ਉਹ ਵਾਲਾ ਜਿੱਥੇ ਰੈਸਟ ਏਰੀਆ ਵੀ ਆ ਨਹੀਂ ਜਿੱਥੇ ਇੱਥੇ ਇੱਕ ਵਾਰੀ ਸੁੱਤਾ ਆਈ ਮੈਂ ਡਰੋਨ ਵੀ ਡਾਇਆ ਹੋਇਆ ਕਿਆ ਦਿੰਦੇ ਆ ਬਈ ਬੜਾ ਰੰਗ ਸਾਫ਼ ਸਾਫ਼ ਆ ਰਿਹਾ ਹੈਨਾ ਲਓ ਬਈ ਆਪਾਂ ਟਰੱਕ 'ਚ ਨਾ ਡੀਜ਼ਲ ਡੂਜ਼ਲ ਪਵਾ ਲਿਆ ਆ ਅਤੇ ਕੌਫੀ ਲੈ ਲਈ ਮੈਨੂੰ ਆ ਰਹੀ ਹਲਕੀ ਹਲਕੀ ਨੀਂਦ ਅਤੇ ਕੱਪ ਕੱਟ ਰਹੀ ਆ ਬ੍ਰੇਕ ਇੱਥੇ ਖੜ ਕੇ ਹੁਣ ਤੈਨੂੰ ਕਿਹਾ ਹੁਣ ਲੈ ਕੇ ਬਾਬਾ ਜੀ ਦਾ ਨਾਮ ਤਾਂ ਤੁਰੀਏ ਯਾਰ ਇਨਵੇਟਰ ਚੱਲਦਾ ਪਿਆ ਪਿੱਛੇ ਮੈਂ ਹੁਣੀ ਕੈਮਰੇ ਦੇ ਵਿੱਚੋਂ ਦੇਖਿਆ ਚਲੋ ਕੋਈ ਬਾਤ ਨਹੀਂ ਆ ਵਿਚਾਰੇ ਕੀ ਯਾਰ ਨਵਾਂ ਸਾਲ ਟਰੱਕਾਂ 'ਚ ਮੰਨਦਾ ਪਿਆ ਭਰਿਆ ਪਿਆ ਅੱਜ ਵੀ ਕੋਈ ਜ਼ਿੰਦਗੀ ਨਹੀਂ ਟਰੈਕਿੰਗ ਦੀ ਮਕੈਨਿਕ ਦਾ ਕੰਮ ਸਿੱਖ ਕੇ ਆਓ ਬਈ ਬੜੇ ਪਏ ਆ ਮਕੈਨਿਕ ਸਕਿੱਲ ਇੱਦਾਂ ਦਾ ਸਿੱਖ ਕੇ ਆਓ ਜਿਹਦੇ 'ਚ ਗੰਦੇ ਹੋਣ ਵਾਲਾ ਕੰਮ ਆ ਬਈ ਬਹੁਤ ਪੈਸਾ ਆਇਆ ਉੱਦਾਂ ਦੇ ਕੰਮਾਂ 'ਚ ਸਾਨੂੰ ਜਦੋਂ ਕੋਈ ਮੱਤਾ ਦਿੰਦਾ ਹੀ ਆਈ ਕਹਿੰਦਾ ਭੈਣ ਤੂੰ ਤਾਂ ਯਾਰ ਜਿਹੜਾ ਸਾਨੂੰ ਇੱਦਾਂ ਕਹਿੰਦਾ ਆ ਹੁਣ ਜਦੋਂ ਇਹੀ ਕਿਸੇ ਨੂੰ ਸਹੀ ਸੀ ਉਹ ਅਗਲਾ ਸਾਨੂੰ ਮੋਹਰੇ ਕਹਿੰਦਾ ਆਪ ਤਾਂ ਟਰੱਕ ਚਲਾਉਂਦੇ ਨਹੀਂ ਯਾਰ ਇਹਨੇ ਅਤੇ ਸਾਨੂੰ ਮੋਹਰੇ ਕਹਿੰਦਾ ਤੂੰ ਆਹ ਗੱਲ ਦੱਸ ਦਾ ਆਹਾ ਸੋ ਇਹ ਉਹਨਾਂ ਦਾ ਫੋਲਟ ਨਹੀਂ ਸਾਡਾ ਫੋਲਟ ਨਹੀਂ ਬਸ ਆਪਣੀ ਫਿਤਰਤ ਹੀ ਇੱਦਾਂ ਦੀ ਆ ਨਾਲੇ ਉਹ ਰੋਕ ਲਿਆ ਹੁਣ ਹੀ ਰੋਕਿਆ ਉਹਨੂੰ ਉਹ ਦੇਖੋ ਮੋਹਰੇ ਕ੍ਰਿਸਮਸ ਲਾਈਟਾਂ ਲੱਗ ਗਈਆਂ ਨਵੇਂ ਸਾਲ 'ਤੇ ਚੈੱਕ ਤਾਂ ਇਹਦੇ ਤਾਂ ਵੱਜ ਗਿਆ ਨਿਊ ਈਅਰ ਆ ਜਾ
ਡੀਓਟੀ ਆ ਕਿਹੜਾ ਨਵਾਂ ਰਾਹ ਬਣਾਤਾ ਨਹੀਂ ਇੱਧਰ ਨਹੀਂ ਜਾਣਾ ਆਪਾਂ ਮੌਸਮ ਦੇਖੋ ਕਿੰਨਾ ਵਧੀਆ ਟਾਈਮ ਇੱਥੇ ਹੋ ਗਿਆ 3:25 ਬੁੱਕ ਹਜੇ ਆਪਣੇ ਕੋਲ ਪਈ ਆ 5:54 ਸੋ ਆਪਾਂ ਆਈਡਾਹੋ ਜੀ ਤਾਂ ਵੜ ਜਾਣਾ ਆ ਹਾਂ ਬਸ ਧੁੰਦ ਨਾ ਮਿਲੇ ਯਾਰ ਉੱਧਰ ਨੂੰ ਧੁੰਦ ਬਹੁਤ ਮਿਲਦੀ ਆ ਜੇ ਧੁੰਦ ਮਿਲੀ ਫਿਰ ਆਪਣਾ ਬਹੁਤ ਕੰਮ ਖਰਾਬ ਹੋਏਗਾ ਬਾਈਕ ਧੋਣ ਲਈ ਆਪਾਂ ਲੈਫਟ ਫਿਰ ਅੱਗੇ ਨਾਲ ਹੀ ਰਾਈਡ ਲੈ ਲਓ ਜੀ ਆਪਾਂ ਕਿੱਥੇ ਪਹੁੰਚ ਗਏ ਆ ਮੈਨੂੰ ਆਹ ਟਾਊਨ ਦਾ ਨਾਂ ਨਹੀਂ ਪਤਾ ਉਮਟੀਲਾ ਓਰੀਗਨ 'ਚ ਵੜ ਚੱਲੇ ਹਾਂ ਓਰੀਗਨ ਆ ਗਿਆ ਏ ਚੱਕੋ ਓਰੀਗਨ ਦੀ ਹੱਦ ਪਾਪਾ ਹੱਦ 'ਚ ਆ ਗਏ ਹਾਂ ਵਾਸ਼ਿੰਗਟਨ ਛੱਡਤਾ ਸਾਈਡ 'ਤੇ ਡੈਮ ਦੇ ਗੇਟ ਕੀਤੇ ਆ ਬੰਦ ਸੋ ਵਿਊ ਨਹੀਂ ਆ ਰਿਹਾ ਸੋਹਣਾ ਹੈਲਮਟ ਇਜ਼ ਰਿਕੁਆਇਰਡ ਸਕੇਲ ਇਜ਼ ਕਲੋਜ਼ਡ ਯਾਰ ਮੇਰੇ ਨਾ ਇਫਟਾ ਦੇ ਸਾਈਨ ਨਹੀਂ ਲੱਗੇ ਅਜੇ ਉਹਦੇ ਕਰਕੇ ਨਾ ਕੋਈ ਰੋਕ ਲਵੇ ਹਾਂਜੀ ਕਿੱਦਾਂ ਜੀ ਠੰਡ ਦੇਖੋ ਕਿੰਨੀ ਜ਼ਿਆਦਾ ਆ ਟੈਂਪਰੇਚਰ -11-12 ਦੇ ਨੇੜੇ ਕਿਹੜੇ ਆ ਅਤੇ ਜਿਹੜਾ ਫੀਲ ਲਾਈਕ ਉਸ ਤੋਂ ਵੀ ਥੱਲੇ ਆ ਆ ਮੂੰਹ 'ਚੋਂ ਧੂੰਆਂ ਦੇਖੋ ਕਿੱਦਾਂ ਨਿਕਲਦਾ ਮੈਂ ਹੁਣ ਸੌਣ ਲੱਗਾ ਪਰ ਚੱਕਰ ਕੀ ਪਿਆ ਮੇਰੇ ਟਰੱਕ 'ਚ ਇਹਨਾਂ ਦੇ ਡੀਜ਼ਲ ਅੱਧਾ ਟੈਂਕ ਆ ਅਤੇ ਉਹ ਪੁਆਇਆ ਵੀ ਵਾਸ਼ਿੰਗਟਨ ਦੇ ਵਿੱਚੋਂ ਆ ਡੀਜ਼ਲ ਅਤੇ ਉਹਦਾ ਰੌਲਾ ਇਹ ਆ ਵਾਸ਼ਿੰਗਟਨ ਵਾਲੇ ਐਂਟੀ ਫਰੀਜ਼ ਨਹੀਂ ਪਾਉਂਦੇ ਹੈਗੇ ਕਿਉਂਕਿ ਉੱਥੇ ਪਲੱਸ 'ਚ ਟੈਂਪਰੇਚਰ ਚੱਲਦਾ ਪਿਆ ਹੈ ਨਾ ਅਤੇ ਤਾਂ ਕਰਕੇ ਹੁਣ ਮੈਂ ਇੱਥੋਂ ਡੀਜ਼ਲ ਪਵਾ ਰਿਹਾ ਦੁਬਾਰਾ ਤੁਹਾਨੂੰ ਟਰੱਕ ਦਾ ਹਾਲ ਦਿਖਾਉਂਦਾ ਕੀ ਹੋਇਆ ਆ ਲਾਈਟਾਂ ਲੁੱਟਾਂ ਨਾ ਇਹ ਨਹੀਂ ਕਿ ਰਾਸਤੇ 'ਚ ਮੈਨੂੰ ਕਿਤੇ ਵੀ ਸਨੋਅ ਮਿਲੀ ਜਾਂ ਮੀਂਹ ਮਿਲਿਆ ਜਸਟ ਫੋਗ ਮਿਲੀ ਆ ਫੋਗ ਦਾ ਜਿਹੜਾ ਪਾਣੀ ਆ ਹੁੰਦਾ ਉਹ ਚੁੰਬੜ ਚੁੰਬੜ ਕੇ ਆ ਹਾਲ ਹੋਇਆ ਦਿਖਾਉਂਦਾ ਆ ਚੈੱਕ ਕਰੋ ਉਹ ਗੱਡੀ ਜੰਮਿਆ ਹੀ ਐਂਟੀਨਾ ਵੀ ਸਾਰਾ ਕਿੰਨੀ ਹਾਰਡ ਆ ਅਲੈਟਾ ਦਾ ਹਾਲ ਦੇਖੋ ਤੁਹਾਡੀ ਨੂੰ ਮੇਰੀਆਂ ਦੂਜੀਆਂ ਫੋਗ ਲੈਟਾਂ ਵੀ ਭਰੀਆਂ ਪਈਆਂ ਬੰਪਰ ਦਾ ਹਾਲ ਦੇਖੋ ਕੀ ਗਵਾਇਆ ਜੰਮਿਆ ਪਿਆ ਆ ਪ੍ਰੋਪਰ ਇੱਧਰ ਦਾ ਵੀ ਇਹੀ ਹਾਲ ਆ ਹਾਂਜੀ ਓ ਮਾਈ ਗੁਡਨੈਸ ਇਤਨੀ ਠੰਡ ਤੇ ਆਪਾਂ ਲੱਗੇ ਹੁਣ ਟਰੱਕ ਇੱਥੇ ਪਾਰਕ ਹਨ ਉੱਧਰ ਪਾਰਕਿੰਗ ਹੈਗੀ ਆ ਪਾਰਕਿੰਗ ਇੱਥੇ ਵਾਧੂ ਪਈਆਂ ਆ ਤੇ ਮੈਂ ਲਾ ਕੇ ਲੱਗਾ ਸੌਣ ਅਤੇ ਸਵੇਰੇ ਆਪਾਂ ਤੁਰ ਪੈਣਾ ਇੱਥੋਂ ਰਹਿ ਜਾਣੀ ਆ ਚਾ ਇੱਥੇ 400 ਮੀਲ ਆ 400 ਵੀ ਨਹੀਂ ਆ ਘੱਟ ਆ ਅਤੇ ਕੱਲ੍ਹ ਆਪਾਂ ਦੁਪਹਿਰ ਤੱਕ ਲੋਡ ਲਾ ਦੇਵਾਂਗੇ ਠੀਕ ਆ ਜੀ ਅਤੇ ਬੁੱਕ ਚੱਲ ਗਈ ਆਪਣੀ ਡਰਾਈਵ ਦੇ ਵਿੱਚ ਓਹੋ ਮੈਂ ਸਲੀਪ 'ਚ ਪਾਉਣੀ ਸੀਗੀ ਸਵੇਰੇ ਫੀਲਿੰਗ ਕਰਨੀ ਚਲੋ ਕੋਈ ਨਹੀਂ ਚਲੋ ਠੀਕ ਆ ਗਾਈਜ਼ ਬਾਏ ਬਾਏ ਹੈਵ ਅ ਗੁੱਡ ਨਾਈਟ ਮਜ਼ਾ ਲਓ ਜੇ ਕੁਛ ਵਧੀਆ ਲੱਗਾ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ ਅਤੇ ਕਮੈਂਟ ਕਰਿਓ ਅਤੇ ਚੰਗਾ ਫਿਰ ਟਾਟਾ ਬਾਏ ਬਾਏ